ਵਿਧਾਇਕ ਸੰਦੋਆ ਤੇ ਹਮਲੇ ਤੋਂ ਬਾਅਦ ਹੁਣ ਪ੍ਰਸ਼ਾਸਨ ਹਰਕਤ ਵਿੱਚ ਆਉਂਦਾ ਦਿਖਾਈ ਦੇ ਰਿਹਾ ਹੈ, ਜਿਸ ਦਾ ਅਸਰ ਦੇਖਣ ਨੂੰ ਮਿਲਿਆ ਮੋਹਾਲੀ ਨੇੜੇ ਪੈਂਦੇ ਖਰੜ ਵਿੱਚ, ਜਿੱਥੋਂ ਦੇ ਪਿੰਡ ਕੁਰਾਲੀ, ਮਾਜਰੀ, ਸੇਖਪੁਰਾ ਤੇ ਹੋਰਨਾਂ ਕਈ ਪਿੰਡਾਂ ਵਿੱਚ ਚੱਲ ਰਹੀ ਨਾਜਾਇਜ਼ ਮਾਈਨਿੰਗ ਖਿਲਾਫ ਸਥਾਨਕ SDM ਵੱਲੋਂ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੌਰਾਨ ਸਿਆਮਪੁਰੀ ਨਦੀ 'ਚ ਗੈਰ ਕਾਨੂੰਨੀ ਮਾਈਨਿੰਗ ਦੇ ਕੰਮ ਵਿੱਚ ਲੱਗੇ ਟਰੈਕਟਰ ਟਰਾਲੀਆਂ, ਟਿੱਪਰ ਅਤੇ JCB ਮਸ਼ੀਨਾਂ ਨੂੰ ਜ਼ਬਤ ਕਰ ਲਿਆ ਗਿਆ। ਛਾਪੇਮਾਰੀ ਦੌਰਾਨ ਨਾਜਾਇਜ਼ ਮਾਈਨਿੰਗ ਕਰ ਰਹੇ ਕਈ ਕਰਿੰਦੇ ਮੌਕੇ ਤੋਂ ਭੱਜ ਖੜੇ ਹੋਏ, ਜਿਸ ਤੋਂ ਬਾਅਦ ਫੜੀਆਂ ਗਈਆਂ ਮਸ਼ੀਨਾਂ ਤੇ ਹੋਰਨਾਂ ਸੰਦਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਮੌਕੇ SDM ਸਾਹਿਬਾ ਵੱਲੋਂ ਮਾਈਨਿੰਗ ਅਫਸਰ ਨੂੰ ਇਸ ਸੰਬੰਧੀ ਪੂਰੀ ਰਿਪੋਰਟ ਪੇਸ਼ ਕਰਨ ਦੇ ਹੁਕਮ ਵੀ ਸੁਣਾਏ ਗਏ। ਅੱਜ ਜੀ ਅਸੀਂ ਰੈਂਡਮ ਚੈਕਿੰਗ, ਰੈਂਡਮ ਮੌਕੇ ਦੇਖੇ ਹੈਗੇ ਨੇ ਕਈ ਜਗ੍ਹਾ ਤੇ, ਜਿੱਥੋਂ ਸਾਨੂੰ ਕੋਈ ਟਿਪ ਆਫ ਸੀਗੀ ਜਾਂ ਸਾਡੇ ਕੋਲ ਕੋਈ ਪਹਿਲਾਂ ਸ਼ਿਕਾਇਤਾਂ ਜਾਂ ਰਿਪੋਰਟਾਂ ਆਈਆਂ ਹੋਈਆਂ ਸੀਗੀਆਂ। ਇਸ ਰੈਂਡਮ ਚੈਕਿੰਗ ਦੇ ਦੌਰਾਨ ਇੱਕ ਤਾਂ ਪਿੰਡ ਸਿਆਮੀਪੁਰ ਦੇ ਵਿੱਚ ਤੇ ਇੱਕ ਪਿੰਡ ਸ਼ੇਖਪੁਰਾ ਦੇ ਵਿੱਚ ਨਜਾਇਜ਼ ਮਾਈਨਿੰਗ ਮੌਕੇ ਤੇ ਹੁੰਦੀ ਪਾਈ ਗਈ, ਬਟ ਇਹਦੀ ਡਿਟੇਲਡ ਰਿਪੋਰਟ ਮੈਂ DC ਸਾਹਿਬ ਨੂੰ ਭੇਜ ਰਹੀ ਹੈਗੀ ਹਾਂ, ਤੇ ਇਹਦੇ ਵਿੱਚੋਂ ਹੁਣ ਜੋ ਲੀਗਲ ਇਲੀਗਲ ਦਾ ਜਿਹੜਾ ਹੈਗਾ ਸਾਰੀ ਡਿਟੇਲਡ ਵਿਸਥਾਰ ਪੂਰਵਕ ਰਿਪੋਰਟ ਜਿਹੜੀ ਹੈਗੀ ਹੈ, ਮਾਈਨਿੰਗ ਬਲਾਕ ਮਾਈਨਿੰਗ ਆਫਿਸਰ ਸਾਡੇ ਨਾਲ ਹੈਗੇ ਨੇ, ਉਹਨਾਂ ਨੂੰ ਮੈਂ ਕਿਹਾ ਹੈਗਾ ਜੀ ਕਿ ਤਿਆਰ ਕਰਨਗੇ ਤਾਂ ਕਿ ਇਹ ਪਤਾ ਲੱਗ ਸਕੇ ਕਿ ਇਹਦੀ ਕੋਈ ਪਰਮਿਸ਼ਨ ਸੀ, ਜੇ ਪਰਮਿਸ਼ਨ ਸੀ ਤਾਂ ਕਿੰਨੇ ਫੁੱਟ ਦੀ ਸੀ ਤੇ ਕਿੰਨੀ ਫੁੱਟ ਐਕਚੁਅਲੀ ਹੋਈ ਹੋਈ ਹੈਗੀ ਹੈ। ਸੋ ਇਹ ਸਾਰੀਆਂ ਚੀਜ਼ਾਂ ਦੀ ਡਿਟੇਲਡ ਰਿਪੋਰਟ ਜਦ ਤੱਕ ਨਹੀਂ ਆਉਂਦੀ ਉਦੋਂ ਤੱਕ ਮੈਂ ਇਹਦੇ ਬਾਰੇ ਹੋਰ ਕੋਈ ਡਿਟੇਲ ਕਮੈਂਟ ਨਹੀਂ ਕਰ ਸਕਦੀ, ਪਰ ਲਿਖਤੀ ਰਿਪੋਰਟ ਜੋ ਮੌਕੇ ਦੇਖੇ ਹੈਗੇ ਨੇ ਉਹਦੇ ਬਾਰੇ DC ਸਾਹਿਬ ਨੂੰ ਰਿਪੋਰਟ ਭੇਜੀ। ਸ਼ਾਮੀਪੁਰ ਦੇ ਵਿੱਚ ਜੀ ਦੋ ਟਰੈਕਟਰ ਟਰਾਲੀਆਂ ਸੀਗੀਆਂ ਜੋ ਰੇਤੇ ਦੀਆਂ ਭਰੀਆਂ ਹੋਈਆਂ ਸੀਗੀਆਂ, ਇੱਕ ਪਹਿਲਾਂ ਭਰ ਕੇ ਖੜਾਈ ਹੋਈ ਸੀ, ਇੱਕ ਅਸੀਂ ਮੌਕੇ ਤੇ ਜੋ ਭਰ ਰਹੇ ਸੀਗੇ ਉਹਨੂੰ ਅਸੀਂ ਇੰਪਾਊਂਡ ਕਰਵਾਇਆ ਹੈਗਾ SHO ਮੁੱਲਾਪੁਰ ਕੋਲ ਭੇਜੀਆਂ ਹੈਗੀਆਂ ਨੇ, ਤੇ ਪਿੰਡ ਸ਼ੇਖਪੁਰਾ ਦੇ ਵਿੱਚ ਜੀ ਇੱਕ ਪੋਕਲੇਨ ਤੇ ਇੱਕ ਟਿੱਪਰ, ਦੋ ਗੱਡੀਆਂ ਹੈਗੀਆਂ ਜਿਹੜੀਆਂ ਅਸੀਂ ਇੰਪਾਊਂਡ ਕਰਵਾ ਕੇ SHO ਕੁਰਾਲੀ ਕੋਲ ਭੇਜੀਆਂ ਹੈਗੀਆਂ। ਇਹਨਾਂ ਦੋਨਾਂ ਦੇ ਉੱਤੇ ਜੋ ਬਣਦੀ ਕਾਰਵਾਈ ਹੋਊਗੀ ਜੀ ਅਸੀਂ ਉਹ ਕਰ। ਦੂਜੇ ਪਾਸੇ ਮੌਕੇ ਤੇ ਮੌਜੂਦ ਮਾਈਨਿੰਗ ਅਫਸਰ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲਿਆਂ ਦੇ ਹੱਕ ਵਿੱਚ ਬਿਆਨ ਦਿੰਦੇ ਵੀ ਨਜ਼ਰ ਆਏ। ਜੀ ਇੱਧਰ ਤਾਂ ਇਹ ਜਿਹੜੇ ਨਾ ਇਹ ਏਰੀਆ ਦੇ ਵਿੱਚ ਜਿਹੜੇ ਇਹ ਜ਼ਿਮੀਂਦਾਰ ਨੇ ਪਰਮਿਸ਼ਨ ਲਈ ਹੋਈ ਆ, ਪੱਧਰ ਕਰ ਰਿਹਾ ਸਰ, ਇਹਦੋਂ ਨਾਲ ਦੀ ਨਾਲ ਜੇ ਕੋਈ ਨਿਕਲਦਾ ਜੀ ਇਹਦੇ ਸਾਡੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਮਿਲੀ ਜੀ ਇਹਦੇ। ਤੁਸੀਂ 20 ਦਿਨ ਜਿੱਥੇ ਵਿਜ਼ਿਟ ਨਹੀਂ ਕੀਤਾ ਤਾਂ ਵਿਜ਼ਿਟ ਕੀਤਾ ਨਹੀਂ ਦਾ ਮਤਲਬ? ਹਾਂ 20 ਦਿਨ ਤੋਂ ਇੱਥੇ ਕਿਉਂ ਵਿਜ਼ਿਟ ਕਿਉਂ ਨਹੀਂ ਕੀਤਾ ਜੀ? ਕੋਈ ਇਨਫੋਰਮੇਸ਼ਨ ਨਹੀਂ ਸੀ ਜੀ ਸਰ, ਇਹ ਤਾਂ ਹੋ ਨਹੀਂ ਸਕਦਾ ਜਦਕਿ ਪੰਜਾਬ ਸਰਕਾਰ ਨੇ ਪੂਰੀ ਅਨਲੀਗਲ ਮਾਈਨਿੰਗ ਤੇ ਰੋਕ ਲਗਾਈ ਹੋਈ ਹੈ ਜੀ। ਮੇਰੇ ਕੋਲ ਨੂਰਪੁਰ ਬੇਦੀ ਦਾ ਏਰੀਆ ਜੀ, ਮੈਂ 4 ਦਿਨ ਹੋ ਗਏ ਉੱਧਰ। ਇਹ 4 ਦਿਨ ਹੋਏ ਤਾਂ 25 ਦਿਨ ਸਰ, ਉਹ ਕਹਿ ਰਹੇ ਹੈ ਜੀ, ਆਪ ਕਹਿ ਰਹੇ ਹੈ ਜਿਹੜੇ ਕਹਿੰਦੇ 20 ਦਿਨ ਤੋਂ ਕਹਿੰਦੇ ਅਸੀਂ ਉਰੇ ਤੇ ਭਰ ਕੇ ਲੈ ਕੇ ਜਾ ਰਹੇ ਹਾਂ ਕਹਿੰਦੇ। ਤੁਹਾਡਾ ਪਿਛਲੇ 1 ਮਹੀਨੇ ਤੋਂ ਇੱਥੇ ਰਾਊਂਡ ਹੈ ਨਹੀਂ ਲਗਭਗ, 20 ਦਿਨ ਤਾਂ ਆਪਣੇ ਮੂੰਹ ਤੇ ਬੋਲਦਾ ਕਿ ਆਪਣਾ 25 ਦੇ ਹੋਊਗੇ ਸਰ। ਇਹਦੇ ਨਾਲ ਤਾਂ ਫਿਰ ਐ ਲੱਗਦਾ ਹੈ ਕਿ ਸਰ ਇਸ ਦਾ ਮਤਲਬ ਹੈ ਕਿ ਮਿਲੀ ਭੁਗਤ, ਇਸ ਦਾ ਤਾਂ ਉਸ ਦੇ ਵਿੱਚ ਵੀ ਬਹੁਤ ਜ਼ਿਆਦਾ ਇਲੀਗਲ ਮਾਈਨਿੰਗ ਹੈ, ਲੇਕਿਨ ਅੱਜ ਕੋਈ ਇਸ ਚੀਜ਼ ਦਾ ਅਸੀਂ ਪ੍ਰੂਫ ਨਹੀਂ ਦੇ ਸਕਦੇ। ਇਹਦੇ ਸੰਬੰਧੀ ਕੀ ਕਹਿਣਾ ਤੁਹਾਡਾ? ਨਹੀਂ ਸਰ, ਸਾਨੂੰ ਜਾਨੀ ਇਨਫੋਰਮੇਸ਼ਨ ਮਿਲੂ ਅਸੀਂ ਦੇ ਦੇਵਾਂਗੇ। ਇਨਫੋਰਮੇਸ਼ਨ ਕੌਣ ਦੇਗਾ? ਕਿਸੇ ਦੇ ਵੀ ਤਰ੍ਹਾਂ ਦੀ ਆ ਸਕਦਾ ਜੀ, ਤੁਸੀਂ ਆਓ ਆਓ ਫੀਲਡ, ਤੁਸੀਂ ਆਪਣਾ ਫੀਲਡ ਚ ਰਾਉਂਡ ਨਹੀਂ ਕਰਦੇ ਸਰ? ਸਰ ਮੇਰੇ ਕੋਲ ਏਰੀਆ ਬਹੁਤ ਜ਼ਿਆਦਾ ਜੀ, ਮੈਨੂੰ ਉੱਧਰ DC ਸਾਹਿਬ ਨੇ ਉੱਧਰ GM ਸਾਹਿਬ ਨੇ ਲਾਇਆ ਹੋਇਆ ਡਿਊਟੀ ਨੂਰਪੁਰ ਬੇਦੀ, ਸਾਰਾ ਮਾਇਲ ਕ੍ਰੈਸ਼ਰਾਂ ਦਾ ਚੈੱਕ ਕਰ ਰਿਹਾ। ਸਰ ਤੁਹਾਡਾ ਨਾਂ ਕੀ ਹੈ ਜੀ? ਉਗੜ ਸਿੰਘ। ਕੀ ਅਹੁਦਾ ਹੈ ਜੀ? ਅਹੁਦਾ ਬਲਾਕ ਲੈਵਲ ਐਕਸਟੈਂਸ਼ਨ ਆਫਿਸਰ। ਤੇ ਸਰ ਇਹ ਜਿਹੜੀ ਮੈਨਿੰਗ ਹੋ ਰਹੀ ਪਈ, ਇਹਦਾ ਮਤਲਬ ਐਂ ਹੈ ਕਿ ਮਿਲੀ ਭੁਗਤ ਅਫਸਰਾਂ ਦੀ ਮਿਲੀ ਭੁਗਤ ਦੇ ਨਾਲ ਮੈਨਿੰਗ ਹੋ ਰਹੀ 20 ਦਿਨਾਂ ਤੋਂ ਜੀ? ਮਿਲੀ ਭੁਗਤ ਦਾ ਇਹਦੇ 'ਚ ਕੋਈ ਚੱਕਰ ਨਹੀਂ ਬਣਦਾ ਜੀ, ਮਿਲੀ ਭੁਗਤ ਨਾਲ ਕੀ ਚੱਕਰ ਹੈ ਇਹਦੇ 'ਚ? ਬਿਲਕੁਲ ਜੀ, ਜਦੋਂ 20 ਦਿਨ ਮਿਲੇਗੀ ਜੀ ਸਰ, ਹੁਣ ਮੇਰੇ ਕੋਲ ਇੰਨਾ ਜ਼ਿਆਦਾ ਏਰੀਆ ਹੈਗਾ, ਹੁਣ ਮੈਂ ਦੱਸੋ ਜੀ ਬਿਨਾਂ ਇਨਫੋਰਮੇਸ਼ਨ ਦੇ ਕਿੱਥੇ ਜਾ ਸਕਦਾ? ਹਰ ਟਾਈਮ ਮੇਰੇ ਕੋਲ ਇੰਨਾ ਟਾਈਮ ਹੀ ਨਹੀਂ ਹੈਗਾ, ਇਹ ਨਾਕੇ ਦੀ ਡਿਊਟੀ ਲੱਗੀ ਹੋਈ ਆ, ਫਿਰ ਸੀਸਮਾ ਟੀ ਪੁਆਇੰਟ ਤੇ ਰਾਤ ਦੋ ਚਾਰ ਘੰਟੇ ਉੱਧਰ ਵੀ ਬੈਠੇ। ਛਾਪੇਮਾਰੀ ਦੌਰਾਨ ਫੜੇ ਗਏ ਮਾਈਨਿੰਗ ਕਰਿੰਦਿਆਂ ਦੇ ਮੁਤਾਬਕ ਉਹਨਾਂ ਨੇ ਮਾਈਨਿੰਗ ਕਰਨ ਦੀ ਮਨਜ਼ੂਰੀ ਕਿਸੇ ਮੰਤਰੀ ਤੋਂ ਲਈ ਹੈ, ਪਰ ਉਹਨਾਂ ਕੈਮਰੇ ਅੱਗੇ ਮਨਜ਼ੂਰੀ ਦੇਣ ਵਾਲੇ ਮੰਤਰੀ ਦਾ ਨਾਮ ਲੈਣ ਤੋਂ ਇਨਕਾਰ ਕਰ ਦਿੱਤਾ। ਇਹ ਕਿੰਨੇ ਕੁ ਦਿਨ ਤੋਂ ਉਰੇ ਜਿਹੜੀ ਮੈਨਿੰਗ ਚੱਲ ਰਹੀ ਹੈ? ਇਹ ਸਰ 20 ਦਿਨ ਤੋਂ ਲਗਾਏ ਸੀ, 5 ਟਰਾਲੀਆਂ ਪਹਿਲਾਂ ਲੈ ਗਏ ਜੀ, 6ਵੀਂ ਟਰਾਲੀ ਹੈ ਜੀ। ਇਹ ਕਿਹਦੇ ਕਹੇ ਤੇ ਉਰੇ ਦੇ ਭਰਨੇ ਜਦਕਿ ਪੰਜਾਬ ਸਰਕਾਰ ਨੇ ਬਿਲਕੁਲ ਬੈਨ ਕਰਿਆ ਵਾ ਹੈ ਮੈਨਿੰਗ ਦੇ ਉੱਪਰ? ਸਰ ਇਹ ਪਰਮਿਸ਼ਨ ਲਈ ਵੀ ਆਵਾਜ਼ ਤੇ ਪਤਾ ਲੱਗ ਜਾਊ ਕਾਗਜ਼ ਦਿਖਾ। ਨਹੀਂ, ਕਿਤੇ ਪਰਮਿਸ਼ਨ ਲਈ ਵੀ ਤੁਸੀਂ ਇੱਕ ਮੰਤਰੀ ਦਾ ਨਾਮ ਲੈ ਰਹੇ ਹੋ ਵੀ ਉਹਦੇ ਅਸੀਂ ਪਰਮਿਸ਼ਨ ਬਣਵਾਏ ਵੇ ਕਾਗਜ਼? ਹਾਂਜੀ, ਕਿਆ ਨਾਮ ਹੈ ਮੰਤਰੀ ਦਾ? ਸਰ ਆਏ ਤੇ ਪਤਾ ਲੱਗ ਜਾਊਗਾ। ਸਰ ਹੁਣ ਤੁਸੀਂ ਬੋਲ ਰਹੇ ਤੇ ਦੱਸੋ ਨਾ ਕਿਹੜਾ ਮੰਤਰੀ ਹੈ ਜਿਹਨੇ, ਬੋਲੋ ਕਿਆ ਮੌਜੂਦਾ ਮੰਤਰੀ ਹੈ ਕਿ ਪਹਿਲਾ ਹੈ ਜੀ? ਪਰਮਿਸ਼ਨ ਲਈ ਜੀ ਆ ਜਾਂਦੇ ਉਹ ਦਿਖਾ ਦਿੰਦੇ ਸਾਨੂੰ, ਅਸੀਂ ਤਾਂ ਭਰਨਾ ਹੈ ਜੀ ਉਹਨਾਂ ਦੇ ਕਹੇ। ਨਹੀਂ, ਹੁਣ ਤੁਸੀਂ ਦੱਸ ਰਹੇ ਤੇ ਨਾ ਕਿਸੇ ਮੰਤਰੀ ਨੇ ਸਾਨੂੰ ਪਰਮਿਸ਼ਨ ਲਈ ਵੀ, ਨਾ ਦੱਸੋ ਨਾ ਮੰਤਰੀ ਦਾ ਕਿਆ ਹੈ ਉਹ? ਸਰ ਤੁਹਾਨੂੰ ਕਾਗਜ਼ ਦਿਖਾ ਦੇਣੇ, ਤੁਸੀਂ ਆਪੇ ਚੈੱਕ ਕਰ ਲਿਓ ਜੀ। ਜੇਕਰ ਪੂਰੇ ਮਾਮਲੇ ਤੇ ਨਜ਼ਰ ਮਾਰੀ ਜਾਵੇ ਤਾਂ ਗੈਰ ਕਾਨੂੰਨੀ ਮਾਈਨਿੰਗ ਵਿੱਚ ਮੰਤਰੀ ਤੋਂ ਲੈ ਕੇ ਅਫਸਰਾਂ ਤੱਕ ਦੀ ਮਿਲੀ ਭੁਗਤ ਦੇ ਆਸਾਰ ਨਜ਼ਰ ਆ ਰਹੇ ਨੇ। ਅਜੇ ਵਿੱਚ ਪ੍ਰਸ਼ਾਸਨ ਅਤੇ ਸਰਕਾਰ ਮਾਮਲੇ ਦੀ ਕਿੰਨੀ ਗੰਭੀਰਤਾ ਨਾਲ ਜਾਂਚ ਕਰੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਕੁਰਾਲੀ ਤੋਂ ਡੈਵਿਡ ਵਰਮਾ, D5 ਚੈਨਲ ਪੰਜਾਬੀ।